ਅਸਲਾਮ ਅਲੈਕੁਮ। ਹੋਰ ਸੁਣਾਓ, ਕਿੱਦਾਂ ਹੋ ਬਾਈ? ਸਿਹਤ ਵੀ ਠੀਕ? ਉਮੀਦ ਕਰਦੇ ਹਾਂ ਕਿ ਬਾਈ ਜੀ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ। ਅਤੇ ਅਗਰ ਜੇ ਕੋਈ ਸਾਡਾ ਵੀਰ ਭਰਾ ਕਿਸੇ ਮੁਸੀਬਤ 'ਚ, ਕਿਸੇ ਪਰੇਸ਼ਾਨੀ 'ਚ, ਕਿਸੇ ਬਿਮਾਰੀ 'ਚ ਮੁਬਤਲਾ ਹੈ, ਅਤੇ ਅਸੀਂ ਆਪਣੇ ਰੱਬ ਤਾਲਾ ਅੱਗੇ ਦੁਆ ਕਰਦੇ ਹਾਂ ਕਿ ਬਾਈ ਜੀ ਅੱਲਾਹ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ, ਔਰ ਅੱਲਾਹ ਤਾਲਾ ਸਪੈਸ਼ਲੀ ਪਰਦੇਸੀ ਵੀਰਾਂ ਵਾਸਤੇ ਵੀ ਆਸਾਨੀਆਂ ਪੈਦਾ ਕਰੇ, ਔਰ ਰੱਬ ਤਾਲਾ ਸਪੈਸ਼ਲੀ ਸੈਲਾਬ ਜੈਸੀ ਮੁਸੀਬਤ 'ਚ ਫਸੇ ਲੋਕਾਂ ਵਾਸਤੇ ਵੀ ਬਾਈ ਜੀ ਆਸਾਨੀਆਂ ਪੈਦਾ ਕਰੇ, ਉਹਨਾਂ ਨੂੰ ਉਸ ਮੁਸ਼ਕਲ 'ਚੋਂ ਜਲਦ ਤੋਂ ਜਲਦ ਅੱਲਾਹ ਤਾਲਾ ਨਿਕਾਲੇ ਔਰ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ ਜੀ। ਲਓ ਜੀ, ਤਿਆਰੀ ਹੋ ਗਈ ਹੈ ਕੰਮ 'ਤੇ ਜਾਣ ਦੀ। ਅੱਜ ਹੈਗਾ ਬਾਈ ਜੀ ਜੁਮਾ, ਅਤੇ ਲੇਕਿਨ ਕੰਮ 'ਤੇ ਜਾਣਾ ਬਾਈ ਜੀ, ਛੁੱਟੀ ਕੋਈ ਨਹੀਂ ਗੀ। ਦੇਖਦੇ ਹਾਂ ਕਿ ਕੰਮ ਕਿੰਨਾ ਕਿ, ਅਗਰ ਥੋੜ੍ਹਾ ਹੋਇਆ ਤਾਂ ਜਲਦੀ ਆ ਜਾਵਾਂਗੇ, ਅਗਰ ਜ਼ਿਆਦਾ ਹੋਇਆ ਤਾਂ ਲੇਟ। ਬਾਈ ਜੀ ਰਾਤੀ ਖਾਧੇ ਨੇ ਬਰੋਸਟ ਲੇਟ, ਅਤੇ ਰੋਟੀ ਖਾ ਲਈ ਦੀ ਆ ਰੱਜ ਕੇ। ਸਾਰੇ ਕਹਿ ਰਹੇ ਨੇ ਕਿ ਭੁੱਖ ਕਿਸੇ ਨੂੰ ਨਹੀਂ ਲੱਗੀ, ਲੇਕਿਨ ਹਲਕਾ ਫੁਲਕਾ ਬਾਈ ਜੀ ਨਾਸ਼ਤਾ ਤਾਂ ਕਰਨਾ ਹੀ ਪੈਣਾ, ਕਿਉਂਕਿ ਜਿੱਥੇ ਕੰਮ ਕਰਨ ਜਾਣਾ ਉੱਥੇ ਦੂਰ ਦੂਰ ਤੀਕਰ ਕੋਈ ਚੀਜ਼ ਨਹੀਂ ਹੈ। ਉੱਥੇ ਨਾ ਮਸਜਿਦ ਹੈ, ਨਾ ਬਕਾਲਾ ਹੈ, ਨਾ ਹੋਟਲ ਹੈ, ਕੋਈ ਵੀ ਚੀਜ਼ ਉੱਥੇ ਨਹੀਂ ਹੈ। ਇਸ ਕਰਕੇ ਮੁਸ਼ਕਲ ਹੈ ਨਾਸ਼ਤਾ, ਹਲਕਾ ਫੁਲਕਾ ਕਰਕੇ ਜਾਵਾਂਗੇ। ਦਿਲ ਤਾਂ ਬਾਈ ਜੀ ਕਿਸੇ ਬੰਦੇ ਦਾ ਵੀ ਨਹੀਂ ਕਰਦਾ ਪਿਆ। ਲਓ ਬਾਈ ਜੀ ਪਹੁੰਚ ਰਹੇ ਹਾਂ ਨਾਲ ਦੇ ਹੀ ਹੋਟਲ 'ਤੇ, ਅਤੇ ਨਾਸ਼ਤਾ ਵਗੈਰਾ ਹਲਕਾ ਫੁਲਕਾ ਕਰਦੇ ਨੇ। ਅਤੇ ਬਾਈ ਜੀ ਜਿਸ ਤਰ੍ਹਾਂ ਕਿ ਮੈਂ ਕਿਹਾ ਸੀ ਕਿ ਸਾਮਾ ਬਾਈ ਨਾਲ ਰਾਬਤਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਕੀਤੀ ਹੈ, ਨੰਬਰ ਬਾਈ ਜੀ ਉਹਦਾ ਮਿਲਿਆ, ਲੇਕਿਨ ਨੰਬਰ ਉਹਦਾ ਜਿਹੜਾ ਉਹ ਬੰਦ ਮਿਲਿਆ, ਵਟਸਐਪ ਬਣੀ ਹੈ ਦੇਖੀ ਨਹੀਂ, ਵੈਸੇ ਕਾਲ ਕੀਤੀ ਸੀ ਅਤੇ ਬੰਦ ਹੈ ਨੰਬਰ ਉਹਦਾ। ਅਤੇ ਇਨਸ਼ਾਅੱਲਾ ਕੋਸ਼ਿਸ਼ ਜਾਰੀ ਹੈ ਰਾਬਤਾ ਕਰਨ ਦੀ ਬਾਈ ਜੀ, ਕੋਸ਼ਿਸ਼ ਹੈ ਪੂਰੀ ਕਰਾਂਗੇ ਇਨਸ਼ਾਅੱਲਾ। ਲਓ ਬਾਈ ਜੀ ਨਾਸ਼ਤਾ ਆ ਗਿਆ ਜੀ, ਹਾਫ ਫਰਾਈ, ਆਂਡਾ ਇੱਕ ਲਾਲੇ ਵਾਸਤੇ, ਆਲੂ ਵਾਲਾ ਪਰਾਂਠਾ ਅਤੇ ਨਾਲ ਚਣੇ। ਅਤੇ ਬਾਈ ਜੀ ਦਿਲ ਕਿਸੇ ਦਾ ਨਹੀਂ ਕਰਦਾ ਪਿਆ ਨਾਸ਼ਤਾ ਕਰਨ ਨੂੰ, ਲੇਕਿਨ ਹੈਗੀ ਆ ਮਜਬੂਰੀ, ਕਿਉਂਕਿ ਕੰਮ 'ਤੇ ਜਾਣਾ, ਫਿਰ ਉੱਥੇ ਕੋਈ ਸ਼ਾਇਦ ਨਹੀਂ ਲੱਭਣੀ ਕਿ ਨਹੀਂ ਬੋਲੇ ਕੰਮ ਦੂਰ ਹੈ ਜੀ। ਲਓ ਬਾਈ ਜੀ ਪਹੁੰਚ ਆਏ ਹਾਂ ਬਿਲਡਿੰਗ 'ਤੇ ਜਿੱਥੇ ਕੰਮ ਕਰਦੇ ਹਾਂ, ਅਤੇ ਸਮਾਨ ਵਗੈਰਾ ਸਾਰਾ ਬਾਈ ਜੀ ਰੱਖ ਲਿਆ ਡਿੱਗੀ 'ਚ, ਅਤੇ ਹੁਣ ਚੱਲੇ ਹਾਂ ਕਾਫੀ ਦੂਰ, ਉੱਥੇ ਜਾ ਕੇ ਥੋੜ੍ਹਾ ਬਹੁਤਾ ਕੰਮ ਸ਼ਾਮ ਹੈ, ਉਹ ਜਾ ਕੇ ਪਤਾ ਚੱਲੇਗਾ ਭਾਈ ਜੀ ਕਿੰਨੀ ਕੁ ਦੇਰ ਲੱਗਦੀ ਹੈ ਅਤੇ ਕਿੰਨੀ ਕੁ ਜਲਦੀ ਹੁੰਦਾ ਕੰਮ, ਉਹ ਜਾ ਕੇ ਹੀ ਪਤਾ ਚੱਲੇਗਾ। ਲਓ ਬਾਈ ਜੀ ਅਲਹਮਦੁਲਿਲਾ ਭਾਈ ਜੀ ਸੁੱਤੇ ਉੱਠੇ ਹਾਂ, ਅਤੇ ਸੁੱਤੇ ਉੱਠਿਆ ਹੀ ਮੁਸੀਬਤ ਬਾਈ ਜੀ ਬਲਦੀਆਂ ਨੇ ਕਰ ਦਿੱਤਾ ਪਾਣੀ ਬੰਦ, ਜਿਹਦੀ ਵਜ੍ਹਾ ਤੋਂ ਪੂਰੇ ਇਸ ਛਿੱਗੇ 'ਚ ਜਿੰਨੀਆਂ ਵੀ 5-7 ਰਹਾਇਸ਼ਾਂ ਵਾਲੇ ਨੇ ਉਹਨਾਂ ਸਾਰਿਆਂ ਨੂੰ ਬਾਈ ਜੀ ਬਣ ਗਈ ਹੈ ਮੁਸੀਬਤ। ਅੱਲਾ ਹੀ ਖੈਰ ਕਰੇ, ਦੇਖੋ ਹੁਣ ਕੀ ਬਣਦਾ, ਅਤੇ ਹੋ ਸਕਦਾ ਬਾਈ ਜੀ ਸਾਨੂੰ ਰਹਾਇਸ਼ ਜਿਹੜੀ ਇਹ ਚੇਂਜ ਕਰਨੀ ਪਵੇ, ਬਦਲਣੀ ਪਵੇ, ਲੇਕਿਨ ਬਾਈ ਜੀ ਸਾਨੂੰ ਇਹ ਰਹਾਇਸ਼ ਛੱਡਣ ਲੱਗਿਆ ਬੜੀ ਹੀ ਜ਼ਿਆਦਾ ਤਕਲੀਫ ਹੋਣੀ ਹੈ। ਉਹਦੀ ਬਾਈ ਜੀ ਵਜ੍ਹਾ ਇਹ ਹੈ ਕਿ ਇੱਕ ਤਾਂ ਇਹਦਾ ਕਿਰਾਇਆ ਜਿਹੜਾ ਬਿਲਕੁਲ ਮਾਮੂਲੀ ਕਿਰਾਇਆ ਹੈ, ਅਸੀਂ ਬਾਈ ਜੀ ਇਸ ਬਿਲਡਿੰਗ ਕਮਰਾ ਸਾਡਾ ਮਾਸ਼ਾਅੱਲਾ ਬੜਾ ਹੀ ਖੁੱਲ੍ਹਾ, ਅਸੀਂ ਇਹਦਾ ਕਿਰਾਇਆ ਦਿੰਦੇ ਹਾਂ 1200 ਰਿਆਲ ਸਾਲ ਪੂਰੇ ਦਾ, ਯਾਨੀ ਕਿ ਅਸੀਂ 7-8 ਬੰਦੇ ਰਹਿੰਦੇ ਹਾਂ, ਅੱਗੋਂ ਤੁਸੀਂ ਹਿਸਾਬ ਲਾ ਲਓ ਕਿ ਸਾਨੂੰ ਕਿੰਨਾ ਕੁ ਮਹੀਨੇ ਦਾ ਕਿਰਾਇਆ ਆਉਂਦਾ ਹੈ। ਅਤੇ ਬਾਕੀ ਤੁਸੀਂ ਕਮਰਾ ਚੈੱਕ ਕਰ ਲਓ ਬਾਈ ਜੀ, ਕਾਫੀ ਖੁੱਲ੍ਹਾ ਕਮਰਾ ਮਾਸ਼ਾਅੱਲਾ, ਸਾਡਾ ਸਮਾਨ ਹੈ ਬਹੁਤ ਜ਼ਿਆਦਾ ਇਸ ਕਮਰੇ 'ਚ, ਅਤੇ ਨਾਲੇ ਬਾਈ ਜੀ ਇਹ ਕਮਰਾ ਲਾ ਲਿਆ ਉਹਨਾਂ ਨੇ ਖੁਦ ਤਿਆਰ ਕੀਤਾ ਹੋਇਆ ਆਪਦੇ ਹੱਥਾਂ ਦੇ ਨਾਲ, ਇਹਨੂੰ ਪਲਸਤਰ ਕੀਤਾ, ਗੇਟ ਸ਼ੇਟ ਲਵਾਇਆ, ਸਾਰਾ ਕੁਛ ਇਹ ਲਾ ਲਿਆ ਉਹਨਾਂ ਨੇ ਖੁਦ ਕੀਤਾ ਜੀ। ਬਾਈ ਜੀ ਕਮਰਾ ਛੱਡਣ 'ਤੇ ਦਿਲ ਤਾਂ ਨਹੀਂ ਕਰਦਾ, ਲੇਕਿਨ ਪਾਣੀ ਤੋਂ ਬਗੈਰ ਜਿਹੜੀ ਉਹ ਜ਼ਿੰਦਗੀ ਗੁਜ਼ਾਰਨੀ ਬਾਈ ਜੀ ਬਿਲਕੁਲ ਨਾਮੁਮਕਿਨ ਹੈ, ਕਿਉਂਕਿ ਪਾਣੀ ਨਹਾਉਣ ਤੋਂ ਬਗੈਰ ਤਾਂ ਸਰ ਜਾਏਗਾ। ਮੈਂ ਅੱਜ ਭੋਲੇ ਨੂੰ ਕਹਿ ਰਿਹਾ ਸੀ ਕਿ ਆਪਾਂ ਬਿਲਡਿੰਗ 'ਤੇ ਹੀ ਆਉਣ ਲੱਗੇ, 10-15 ਮਿੰਟ ਲੱਗਿਆ ਕਰਨਗੇ, ਅਤੇ ਸਾਬਣ ਵਗੈਰਾ ਲਈ ਚਲੀਏ, ਉੱਥੇ ਹੀ ਨਹਾਇਆ ਕਰਾਂਗੇ, ਲੇਕਿਨ ਭਾਂਡਾ ਭੁੰਡੇ ਧੋਣੇ, ਬਰਤਨ ਧੋਣ ਵਾਲੇ ਬਾਈ ਜੀ ਇਹਨਾਂ ਤੋਂ ਬਗੈਰ ਨਹੀਂ ਸਰ ਸਕਦਾ। ਅਤੇ ਇਨਸ਼ਾਅੱਲਾ ਅੱਲਾ ਖੈਰ ਕਰੇ, ਦੇਖਦੇ ਹਾਂ ਕੀ ਬੰਦ ਹੈ। ਇੱਕ ਦਫਾ ਬੰਦ ਕਰ ਗਏ ਨੇ, ਉਹ ਬੰਦ ਬਾਈ ਜੀ ਇਸ ਕਰਕੇ ਕਰ ਗਏ ਨੇ ਕਿ ਇਹਦਾ ਬਿੱਲ ਦਾ ਕਾਫੀ ਸਾਲਾਂ ਤੋਂ ਮਸਲਾ ਹੈ, ਬਿੱਲ ਨਹੀਂ ਇਹਦਾ ਕਿਸੇ ਨੇ ਪੇ ਕੀਤਾ, ਲੇਕਿਨ ਉਹ ਇਸ ਸਾਡੇ ਇਸ ਏਰੀਏ 'ਚ ਜਿੰਨੇ ਵੀ ਘਰ ਬੈਠੇ ਨੇ ਉਹ ਸਾਰੇ ਵੈਸੇ ਹੀ ਪਾਣੀ ਚਲਾਈ ਜਾਂਦੇ ਨੇ, ਅਤੇ ਬਿੱਲ ਵਾਲਾ ਸਿਸਟਮ ਹੈ ਉਹ ਦਰਮ ਬਰਮ ਹੋਇਆ ਸੀ, ਅਤੇ ਇਸ ਕਰਕੇ ਬਲਦੀ ਵਾਲੇ ਪਾਣੀ ਹੁਣ ਕਰ ਗਏ ਨੇ ਬਾਈ ਜੀ ਪੱਕਾ ਬੰਦ। ਸਾਨੂੰ ਬਾਈ ਜੀ ਇੱਧਰ ਬਹੁਤ ਜ਼ਿਆਦਾ ਸਹੂਲਤ ਹੈ, ਗੱਡੀਆਂ ਦੀ ਪਾਰਕਿੰਗ ਦਾ ਏਰੀਆ ਬਹੁਤ ਜ਼ਿਆਦਾ ਖੁੱਲ੍ਹਾ ਹੈ, ਗੱਡੀ ਦੀ ਕੋਈ ਮੁਸ਼ਕਲ ਨਹੀਂ ਹੈ, ਰਹਾਇਸ਼ ਦੀ ਕੋਈ ਮੁਸ਼ਕਲ ਨਹੀਂ ਹੈ, ਅਤੇ ਬਾਕੀ ਅੱਲਾ ਹੀ ਖੈਰ ਕਰੇ। ਹਾਂ ਭੋਲੇ ਕੀ ਕਹਿਣਾ ਭਾਈ? ਕਹਿੰਦੇ ਰਹਾਇਸ਼ ਦੇ ਛੱਡਣ ਨੂੰ ਦਿਲ ਤਾਂ, ਰਹਾਇਸ਼ ਛੱਡਣ ਨੂੰ ਦਿਲ ਤਾਂ ਨਹੀਂ ਸਾਡਾ ਕਰਦਾ, ਪਰ ਮਜਬੂਰੀ ਹੈ। ਦੇਖੋ ਹੁਣ ਤਾਂ ਹਾਲੇ ਤੱਕ ਤਾਂ ਰਹਾਇਸ਼ 'ਤੇ ਹੀ ਅਸੀਂ, ਇਨਸ਼ਾਅੱਲਾ ਪਾਣੀ ਦਾ ਕੋਈ ਸੋਚ ਰਿਹਾ, ਜੇ ਬਿੱਲ ਬੁੱਲ ਕੁ ਦੇਣਾ ਪਿਆ ਤਾਂ ਬਿੱਲ ਛਿੱਲ ਦੇ ਕੇ, ਅਤੇ ਰਹਾਇਸ਼ਾਂ ਨੂੰ ਮਾਸ਼ਾਅੱਲਾ ਬੜੀ ਠੀਕ ਲੱਭੀ, 1200 ਰਿਆਲ ਦੇ ਰਿਹਾ ਸਾਲ ਦਾ ਕਿਰਾਇਆ, ਅਤੇ ਮਾਸ਼ਾਅੱਲਾ ਸਾਡਾ ਰੂਮ ਵੀ ਬੜਾ ਖੁੱਲ੍ਹਾ। ਬਾਕੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ, ਰਹਾਇਸ਼ ਛੱਡਣ ਦੇ ਦਿਲ ਤਾਂ ਨਹੀਂ ਸਾਡਾ ਕਰਦਾ, ਵੇਖੋ ਹੁਣ ਕੀ ਬਣਦਾ।
ਬਾਈ ਜੀ ਅਸੀਂ ਇਸ ਕਮਰੇ 'ਚ ਚੈੱਕ ਤੁਹਾਨੂੰ ਕਰਵਾਤਾ ਸੀ, 7 ਤੋਂ 8 ਬੰਦੇ ਈਜ਼ੀਲੀ ਰਹਿ ਵੀ ਰਹੇ ਹਾਂ ਔਰ 7-8 ਬੰਦਿਆਂ ਦਾ ਈਜ਼ੀਲੀ ਸਮਾਨ ਹੈ ਜਿਹੜਾ ਉਹ ਵੀ ਇਸ ਕਮਰੇ 'ਚ ਹੀ ਪਿਆ ਹੈ। ਅਲਹਮਦੁਲਿਲਾ ਬੜੀ ਹੀ ਪਰਫੈਕਟ ਰਿਹਾਇਸ਼ ਹੈ ਬਾਈ ਜੀ। ਠੀਕ ਹੈ, ਇਸ ਰਿਹਾਇਸ਼ 'ਤੇ ਇਹਨਾਂ ਤੋਂ ਇਹਨਾਂ ਕੋਲ ਗਿਆ ਤਾਂ ਇਹਨਾਂ ਨੂੰ ਅਸੀਂ ਪੁੱਛਿਆ ਤੁਹਾਡਾ ਮੀਟਰ ਨਵਾਂ ਲਾ ਕੇ ਗਏ ਨੇ ਅਤੇ ਕੀ ਹਿਸਾਬ ਕਿਤਾਬ, ਉਹ ਕਹਿੰਦੇ ਸਾਨੂੰ ਤਾਂ ਪਤਾ ਜੀ ਨਵਾਂ ਲਾ ਗਿਆ, ਨਵਾਂ ਲਾ ਗਿਆ। ਅਸੀਂ ਕਿਹਾ ਵੀ ਨਵਾਂ ਲੱਗਿਆ ਅਤੇ ਅਸੀਂ ਕਿਹਾ ਵੀ ਕਿਵੇਂ ਚਾਲੂ ਕਰਾਇਆ ਤੁਸੀਂ ਪੁਰਾਣਾ ਮੀਟਰ, ਉਹ ਕਹਿੰਦੇ ਵੀ ਸਾਡਾ ਆਇਆ ਸੀ 21,000 ਰੁਪਇਆ ਬਿੱਲ। ਸਹੀ, 21,000 ਰੁਪਇਆ ਬਿੱਲ ਆ ਅਤੇ ਫਿਰ ਅਸੀਂ ਪਾਣੀ ਬੰਦ ਰੱਖਿਆ, ਬੰਦ ਰੱਖ ਕੇ ਫਿਰ ਸਾਊਦੀ ਨੂੰ ਸੱਦ ਕੇ ਅਤੇ ਕਿਸ਼ਤਾਂ ਕਰਾਈਆਂ 1870 ਰਿਆਲ ਮਹੀਨੇ ਦੀ। ਸਹੀ, ਅਤੇ ਫਿਰ ਅਸੀਂ ਬੰਦਿਆਂ 'ਤੇ ਬਿੱਲ ਪਾਇਆ, ਫੀ ਬੰਦੇ ਨੂੰ 110 ਰਿਆਲ ਆਉਂਦਾ ਸੀ ਮਹੀਨੇ ਦਾ, ਮਹੀਨੇ ਦਾ। ਅਤੇ ਅਸੀਂ 1.5 ਸਾਲ ਉੱਥੇ ਫਤੂਰੇ ਜਮ੍ਹਾਂ ਕਰਾਏ ਅਤੇ ਫਿਰ ਹੁਣ ਸਾਡੀ 1 ਕਿਸ਼ਤ ਰਹਿ ਗਈ ਅਤੇ ਪਾਣੀ ਉਹਨਾਂ ਨੂੰ ਸਾਡੇ ਪਾਣੀ ਉਦੋਂ ਹੀ ਚਾਲੂ ਕਰ ਦਿੰਦੇ ਨਾਲ ਹੀ ਪਾਣੀ। ਬਾਈ ਜੀ ਅਲਹਮਦੁਲਿਲਾ ਜੀ ਖਾਣਾ ਸ਼ਾਣਾ ਖਾ ਕੇ ਹੋ ਗਏ ਹਾਂ ਬਾਈ ਜੀ ਫ੍ਰੀ, ਅਤੇ ਬਾਈ ਜੀ ਸਾਡੇ ਕੰਮ 'ਚ ਸਾਨੂੰ ਐਲਰਜੀ ਹੋ ਜਾਂਦੀ ਹੈ। ਐਲਰਜੀ ਸਾਨੂੰ ਕਿਹੜੀ ਹੁੰਦੀ ਹੈ? ਸਾਨੂੰ ਐਲਰਜੀ ਹੁੰਦੀ ਹੈ ਖਾਰਿਸ਼ ਵਾਲੀ ਨਹੀਂ, ਸਾਨੂੰ ਐਲਰਜੀ ਹੁੰਦੀ ਹੈ ਬਾਈ ਜੀ ਨਿੱਛਾਂ ਵਾਲੀ। ਜਦੋਂ ਘੱਟਾ ਵਗੈਰਾ ਉੱਡੇ ਬਿਲਡਿੰਗ 'ਚ, ਸਫਾਈ ਕਰਨੀ ਹੋਵੇ ਜਾਂ ਸੀਮਟ ਸੂਮਟ ਉੱਡਦਾ, ਉਦੋਂ ਬਾਈ ਜੀ ਸਾਨੂੰ ਐਲਰਜੀ ਹੋ ਜਾਂਦੀ ਹੈ ਨਿੱਛਾਂ ਵਾਲੀ। ਨਿੱਛਾਂ 'ਤੇ ਨਿੱਛਾਂ ਆਈ ਜਾਂਦੀਆਂ ਨੇ, ਫਿਰ ਢੇਰੋ ਢੇਰ ਨਿੱਛਾਂ ਆਉਂਦੀਆਂ ਨੇ, ਅਤੇ ਨੱਕ ਹੈ ਜਿਹੜਾ ਬਾਈ ਜੀ ਉਹ ਫਿਰ ਚੱਲ ਪੈਂਦਾ, ਅਤੇ ਨੱਕ ਪੂੰਝ ਪੂੰਝ ਕੇ ਨੱਕ ਸਾਡਾ ਜਾਂਦਾ ਜੀ ਪੱਕ। ਲੇਕਿਨ ਮੇਰੇ ਨਾਲ ਤਾਂ ਬਹੁਤ ਘੱਟ ਹੁੰਦਾ, ਸਭ ਤੋਂ ਜ਼ਿਆਦਾ ਹੁੰਦਾ ਜੀ ਲਾਲੇ ਨਸੀਰ ਨਾਲ ਅਤੇ ਭੋਲੇ ਨਾਲ। ਮੇਰੇ ਅੱਜ ਹੋਇਆ, ਅੱਜ ਬਾਈ ਜੀ ਥੋੜ੍ਹਾ ਜਿਹਾ ਕੰਮ ਸੀ, ਝਰੀਆਂ ਮਾਰੀਆਂ ਨੇ ਬਲਾਕਾਂ 'ਚ ਜਿਹਦੀ ਵਜ੍ਹਾ ਤੋਂ ਘੱਟਾ ਬਹੁਤ ਉੱਡਿਆ ਔਰ ਮੈਨੂੰ ਹੋ ਗਈ ਐਲਰਜੀ, ਉੱਥੇ ਠੀਕ ਹੋ ਗਿਆ ਜੀ। ਅਤੇ ਜਿਹਦੀ ਵਜ੍ਹਾ ਤੋਂ ਨੱਕ ਪੂੰਝ ਪੂੰਝ ਕੇ ਭਾਈ ਜੀ ਵਿੱਚੋਂ ਆ ਨੱਕ ਜਿਹੜਾ ਉਹ ਥੋੜ੍ਹਾ ਜਿਹਾ ਪੱਕ ਗਿਆ, ਅਤੇ ਇਹ ਸਾਡੀ ਮੁਸੀਬਤ ਹੈ ਜੀ ਕੰਮ 'ਚ। ਬਾਈ ਜੀ ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਬਾਈ ਜੀ ਤੁਹਾਨੂੰ ਲੱਗੀ ਹੋਏਗੀ ਅੱਛੀ। ਅਗਰ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ ਤਾਂ ਬਾਈ ਜੀ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਬਸ ਤੁਹਾਡੇ ਸਾਰੇ ਵੀਰਾਂ ਦੀ ਬਾਈ ਜੀ ਸਪੋਰਟ ਚਾਹੀਦੀ ਹੈ, ਅਤੇ ਜ਼ਰਾ ਦੱਬ ਕੇ ਸਪੋਰਟ ਕਰੋ। ਇਨਸ਼ਾਅੱਲਾ ਅਸੀਂ ਡੇਲੀ ਬੇਸਿਸ 'ਤੇ ਤੁਹਾਡੇ ਨਾਲ ਇਨਸ਼ਾਅੱਲਾ ਜੁੜੇ ਔਰ ਜੁੜੇ ਹੀ ਰਹਾਂਗੇ ਇਨਸ਼ਾਅੱਲਾ ਜੀ। ਠੀਕ ਹੈ ਜੀ, ਫੀ ਮਾਨਿਲਾ, ਅੱਲਾਹ ਤਾਲਾ ਬਾਈ ਜੀ ਤੁਹਾਡਾ ਔਰ ਸਾਡਾ ਹਮੀ ਨਾਸਰ ਹੋਵੇ, ਅਤੇ ਅੱਲਾਹ ਤਾਲਾ ਹਰ ਕਿਸੇ ਦੀਆਂ ਬਾਈ ਜੀ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਕਰੇ। ਲਓ ਬਾਈ ਜੀ ਆਈਸਕ੍ਰੀਮਾਂ ਲਿਆ ਕੇ ਰੱਖੀਆਂ ਸੀ ਅਤੇ ਅੱਜ ਦਿਲ ਕਰਦਾ ਪਿਆ ਅਤੇ ਆਈਸਕ੍ਰੀਮ ਖਾਣੇ, ਭੁੱਲ ਖਾਣੀ ਆਈਸਕ੍ਰੀਮ। ਇਹ ਬਾਈ ਜੀ ਮੇਰੀਆਂ ਆਈਸਕ੍ਰੀਮਾਂ ਪਈਆਂ ਨੇ ਕਾਫੀ ਸਾਰੀਆਂ, ਇਕੱਠੀਆਂ ਲਿਆ ਕੇ ਰੱਖ ਲਈਦੀਆਂ ਨੇ ਕਿਉਂਕਿ ਮੈਂ ਦੁਕਾਨ 'ਤੇ ਬਹੁਤ ਘੱਟ ਜਾਂਦਾ, ਇਹ ਦੁਕਾਨ ਵੱਲ ਜਾਣ ਦੀ ਡਿਊਟੀ ਹੈ ਜਿਹੜੀ ਜੀ। ਆਈਸਕ੍ਰੀਮ ਖਾਣੀ ਭੁੱਲ ਹੈ ਨਾ, ਦੁਕਾਨ ਵੱਲ ਜਾਣ ਦੀ ਬਾਈ ਜੀ ਡਿਊਟੀ ਹੈ ਜਿਹੜੀ ਉਹ ਹੈਗੀ ਆ ਮਲਵੇਰ ਰਜ਼ਾ ਦੀ। ਮੇਰੀ ਡਿਊਟੀ ਹੈ ਸਿਰਫ ਘਰੇ ਘਰੇ ਬਰਤਨ ਧੋਣ ਦੀ, ਮੈਨੂੰ ਕੋਈ ਕੰਮ ਹੋਵੇ ਆਪਣਾ ਪਰਸਨਲ ਤਾਂ ਮੈਂ ਫਿਰ ਹੀ ਜਾਂਦਾ ਬਾਹਰ, ਵਰਨਾ ਮੈਂ ਦੁਕਾਨ ਨਾਲ ਬਹੁਤ ਕੰਮ ਜਾਂਦਾ ਜੀ। ਭੋਲੇ ਦਾ ਬਾਈ ਜੀ ਇਹ ਫਾਇਦਾ ਜੀ ਭੋਲੇ ਦਾ ਕਿ ਜਦੋਂ ਕੋਈ ਸ਼ੈ ਖਾਣ ਲੱਗੀਏ, ਭੋਲੇ ਨੂੰ ਪੁੱਛੀਏ ਤਾਂ ਭਾਈ ਜੀ ਭੋਲੇ ਨੇ ਰੱਖਿਆ ਹੁੰਦਾ ਅੱਗੋਂ ਤੰਬਾਕੂ, ਇਹਨੂੰ ਸ਼ੈ ਦੇਣੀ ਨਹੀਂ ਪੈਂਦੀ ਨਾ ਹੀ ਇਹਨੂੰ ਖਾਣੀ ਪੈਂਦੀ ਹੈ। ਭੋਲਾ ਰੱਖਦਾ ਭਾਈ ਜੀ ਤੰਬਾਕੂ, ਅਤੇ ਮੈਂ ਪੁੱਛਿਆ ਆਈਸਕ੍ਰੀਮ ਖਾਣੀ ਆਉਂਦਾ, ਮੈਂ ਤੰਬਾਕੂ ਰੱਖ ਲਿਆ। ਮੈਂ ਕਿਹਾ ਇਹ ਵੀ ਠੀਕ ਹੈ।